ਭਾਪਿਓ ਕੀ ਹਾਲ ਚਾਲ ਨੇ? ਤੁਸੀਂ ਸੋਚਦੇ ਹੋਵੋਗੇ ਮੈਂ ਹੱਥਾਂ 'ਚ ਰਾੜਾ ਫੜੀ ਬੈਠਾ, ਅਤੇ ਅੱਜ ਦਾ ਵਲੌਗ ਆਪਾਂ ਨੇ ਸਟਾਰਟ ਕਰ ਲਿਆ, ਅਤੇ ਅੱਜ ਤੜਕੇ ਭਾਈ ਮੈਂ ਛੱਡਣ ਗਿਆ ਮੇਰੀ ਘਰਵਾਲੀ ਨੂੰ, ਬੱਸ ਚੜ੍ਹਨ ਗਿਆ, ਅਤੇ ਉੱਥੇ ਉਹ ਟਿੱਪਰ ਫੁੱਲ ਡੱਕਿਆ ਹੋਇਆ, ਅਤੇ ਉਹ ਐਂ ਰੋਡ 'ਚ ਆ ਕੇ ਉਹਨਾਂ ਨੇ ਬੰਦ ਕਰ ਲਿਆ ਪੁਲ 'ਤੇ, ਅਤੇ ਉਹ ਕੋਈ ਨਾ ਉਹਨਾਂ ਨੂੰ ਹੱਥ ਮਾਰ ਵੀ ਬਾਈ 2 ਮਿੰਟ ਰੁਕੋ, ਇਹੋ ਜਿਹਾ ਕੰਮ ਅਸੀਂ ਤਿਆਰ ਹੀ ਰਹਿੰਦੇ ਹਾਂ, ਮੈਂ 2 ਮਿੰਟ ਰੁਕੋ, ਮੈਂ ਟਰੈਕਟਰ ਲੈ ਕੇ ਆਇਆ। ਉਹ ਵੀਡੀਓ ਮੈਂ ਮੂਹਰੇ ਸ਼ੋਰਟ ਦੇ ਵਿੱਚ ਤੁਹਾਨੂੰ ਦਿਖਾਤੀ, ਉਹ ਉਦੋਂ ਦੀ ਵੀਡੀਓ ਆ, ਠੀਕ ਆ। ਅਤੇ ਬਾਕੀ ਅੱਜ ਕੰਮ ਆ ਜਿਹੜਾ ਕਰਦੇ ਹਾਂ, ਆਹ ਕਾਲੇ ਵਾਲੀ ਟਰਾਲੀ ਆ, ਕਾਲੇ ਉਹਨਾਂ ਦੇ ਅੱਜ ਆਉਣੀ ਆ ਮਸ਼ੀਨ, ਚੱਲਾਂਗੇ ਆਪਾਂ ਉੱਥੇ। ਅਤੇ ਉਹ ਉਹਨਾਂ ਦੇ ਜਿਹੜੀ ਇੱਕ ਟਰਾਲੀ ਦੇ ਤੂੜੀ ਵਾਲਾ, ਉਹ ਗੋਲ ਜਿਹਾ ਨਹੀਂ ਹੁੰਦਾ ਘੁੱਪਾ ਜਿਹਾ, ਘੁੱਪਾ ਨਹੀਂ ਗੋਲ ਜਿਹਾ ਕੰਗਣ ਜਿਹਾ ਵੀ, ਜਿਹਦੇ ਵਿੱਚੋਂ ਜਾ ਕੇ ਤੂੜੀ ਵਾਲੇ ਦਾ ਘੁੱਪਾ ਜਿਹਾ, ਉਹ ਇੱਕ ਟਰਾਲੀ ਤੋਂ ਟੁੱਟਿਆ ਪਿਆ, ਉਹ ਲਾਉਣ ਚੱਲਦੇ ਹਾਂ ਘਰੇ ਉਹਨਾਂ ਦੇ। ਕਾਲਾ ਆ ਗਿਆ ਜੀ, ਅਤੇ ਚਲੋ ਚੱਲੀਏ, ਓਕੇ ਮਿਲਦੇ ਹਾਂ ਉੱਥੇ ਚੱਲ। ਅਤੇ ਲਓ ਬਾਬੇ ਉਹ ਕਾਲਾ ਉਹਦਾ ਗੋਲ ਜੇ ਆਹ ਲਾਉਣਾ ਆਪਾਂ ਨੇ ਉਰੇ ਟੰਗ, ਆਹ ਗੋਲ ਜਿਹਾ ਨਹੀਂ ਹੁੰਦਾ, ਅਤੇ ਉਰੇ ਸੰਤ ਸਿੰਘ ਜਿਹੜਾ ਆਪਣਾ ਪਿਆ, ਅਤੇ ਕਾਲਾ ਨੂੰ ਕੁੱਟਣ ਲੱਗਿਆ ਪਿਆ, ਮੋਨਾ ਇੱਧਰ ਖੜ ਕੇ ਦੇਖ ਰਿਹਾ ਵੀ ਕਿਵੇਂ ਕੁੱਟਦਾ ਬਾਈ। ਆ ਮੈਂ ਪਹਿਲਾਂ ਹੀ ਐਨਕਾ ਉਹਨਾਂ ਕੁੱਤੀ ਬੈਠਾ ਮੈਂ ਵੀ ਬੈਲਡਿੰਗ ਨਾ ਪੈ ਜਾਵੇ, ਹੋਰ ਰਾਤ ਬਹੁਤ ਔਖਾ ਕਰ ਪੈਂਦੀ ਆ, ਲਾਵਾਂਗੇ ਟਾਂਕਾ ਤੁਹਾਨੂੰ। ਅਤੇ ਬਾਬੇ ਉਹ ਗੱਲ ਐਵੇਂ ਆ, ਆਹ ਦੇਖੋ ਜੀ ਹੁਣ ਲਾਉਣ ਤਾਂ ਲੱਗ ਗਏ, ਪਰ ਜਿਵੇਂ ਮੱਕੜ ਹੋਣੀ ਨਹੀਂ ਹੈਗੇ, ਉਹ ਜਿਹੜੇ ਨਿਊਜ਼ ਦਿੰਦੇ ਨੇ ਜਿਹਨਾਂ ਦੇ ਚੈਨਲ ਪਤਾ ਨਹੀਂ ਕੀ ਨਾਂ 'ਤੇ, ਤੁਸੀਂ ਸਾਰੇ ਜਾਣਦੇ ਹੋ, ਓਕਣ ਬੋਲਦੇ ਆਪਾਂ ਓਕਣ ਨਹੀਂ, ਪਰ ਖਬਰ ਆਪਾਂ ਪਲ ਪਲ ਦੀ ਦਿੰਦੇ ਹਾਂ, ਕਿ ਨਹੀਂ ਗੱਲ ਜਿਹੜਾ ਕੋਈ ਕਰਦਾ ਹੁਣ ਵਿੱਚ ਨਹੀਂ ਪੈਂਦਾ, ਇਹ ਥੋੜ੍ਹਾ ਜਿਹਾ ਔਖਾ ਫਿਰ ਨਹੀਂ, ਮਸ਼ੀਨ ਦੇ ਘੋਪੂ ਜੇ 'ਚ ਨਹੀਂ ਪੈਣਾ, ਓਕਣ ਅਸੀਂ ਹੁਣ ਦੇਖ ਕੇ ਲਾ ਰਹੇ, ਫਿਰ ਇਹਨਾਂ ਨੇ ਫਿਰ ਤੋੜ ਲੈਣਾ, ਉਹਦੇ ਕਰਕੇ ਉਹ ਚੱਕਰ ਆ, ਵਾ ਹੁਣ ਅਸੀਂ ਤਿਆਰੀ ਉਹ ਕਰਦੇ ਹਾਂ। ਗੱਲ ਕਰਦਾ ਆ ਤੇਰਾ ਟੋਚਨ ਪਵਾਈਏ, ਹੈਂ ਇਹ ਸਾਡੇ ਤਾਇਆ ਜੀ ਨੇ ਕੀ ਕਹਿਣਾ ਹੁਣ ਦੱਸ, ਹੁਣ ਬੋਲਦਾ ਨਹੀਂ, ਹੈਂ ਕਿਵੇਂ ਫਿਰਦਾ, ਠੀਕ ਆ, ਸਰੋਂ ਸਾਲੀ ਵਾਲੀ ਹੋ ਗਈ ਹੈ ਨਾ, ਮੈਂ ਕਹਿੰਦਾ ਪੁਸਤਾਂ ਹੀ ਨਹੀਂ ਮੁੱਕਦੀਆਂ, ਇੱਕ ਨਹੀਂ ਕਰੋ ਸਰੋਂ ਦਾ ਐਤਕੀ ਰੇਟ ਬਹੁਤ ਆ ਕਾਲੇ, 8-8 ਹਜ਼ਾਰ ਨੂੰ, 7-7 8-8 ਹਜ਼ਾਰ ਨੂੰ ਜਾਂਦੀ ਆ, ਬਹੁਤ ਰੇਟ ਐਤਕੀ ਸਰੋਂ ਦਾ, ਜਿਹਨੇ ਬੀਜੀ ਆ ਨਜ਼ਾਰਾ ਹੀ ਲੈ ਗਿਆ, 300 ਵਿਘੇ ਬੀਜਿਆ ਹੋਈ ਇੱਥੇ ਚੌਂਦੇ ਕੋਲੇ, ਮਸ਼ੀਨ ਬਾਬੇ ਚਲਾ ਕੇ ਦੇਖਣੀ, ਤੁਹਾਡੇ ਨਾਲ ਵਾਅਦਾ ਕੀਤਾ ਸੀ ਜਿੱਦਾਂ ਚੱਲੂਗੀ ਉਦੇ ਚਲਾ ਕੇ ਦੇਖਾਂਗੇ, ਬਣਾਉਣਗੇ ਤੂੜੀ। ਤੇ ਆਹ ਕਾਲੇ ਵਾਲਾ 855, ਉਹ ਮੂਹਰੇ ਖੜਾ ਇੰਟਰ ਧੋਤੇ ਅੱਜ, ਕਿਉਂਕਿ ਆਹ ਲਾਈਆਂ ਪਈਆਂ ਨੇ ਟਰਾਲੀਆਂ ਵੀ, ਅੱਜ ਕਣਕ ਵੱਢਣੀ ਆ, ਤਿੰਨੇ ਭਰਨੀਆਂ ਨੇ ਅੱਜ, ਜਿਹੜੀ ਬਿਲਡਿੰਗ ਸੈਲਡਿੰਗ ਸੀਗੀ ਉਹ ਕਰ ਰਹੇ ਹਾਂ ਵੀ ਬਾਅਦ 'ਚ ਨਾ ਕੋਈ ਨੁਕਸਾਨ ਨਾ ਹੋਵੇ। ਚਲੋ ਫਿਰ ਮਾੜਾ ਜਿਹਾ ਛੋਟਾ ਜਿਹਾ ਪ੍ਰੈਂਕ ਕਰਦੇ, ਮੈਂ ਆਹ ਖੁੱਲ੍ਹਣ ਲੱਗਿਆ ਹੋਇਆ, ਇਹਨੂੰ ਕੱਟਣ ਨੂੰ ਕੱਟ ਦੇ, ਉਹ ਲੋੜ ਆ ਦੇਖੀ, ਮੰਮੀ ਉਹ ਛੇਤੀ ਲਿਆ ਇੱਥੇ ਅੱਗ ਲੱਗਣ ਨੂੰ ਤਿਆਰ ਆ, ਉਹ ਛੇਤੀ ਆ ਜਾ, ਮਾਤਾ ਨੇ ਸਾਡੀ ਨੇ ਕੈਮਰਾ ਦੇਖ ਲਿਆ ਜੀ, ਉਰੇ ਰੱਖਦਾ ਫਿਰ ਤਾਂ ਹੋ ਜਾਂਦਾ ਇੱਕਦਮ, ਕਰਨਾ ਇਹਦੇ ਨਾਲ ਇੱਕ ਤਕੜਾ ਜਿਹਾ ਪ੍ਰੈਂਕ, ਉਹ ਛੇਤੀ ਆ ਜਾ ਦੇਖ ਲੈ ਇੱਧਰ ਆ ਕੇ, ਦੇਖੀ ਆਉਂਦੀ ਆ ਛੇਤੀ ਆ ਜਾ, ਦਿਖਾ ਚਿੜਚਿੜ ਕਰਦੀਆਂ ਨੇ ਤਾਰਾਂ, ਬਸ ਲੱਗਣ ਵਾਲੀ ਉਹ ਆ, ਪਤਾ ਨੀ ਕੀ ਹੋ ਗਿਆ ਸਪੀਕਰਾਂ ਨੂੰ, ਝੂਠ ਬੋਲਦਾ ਝੂਠ ਨਾ ਬੋਲਿਆ ਕਰ, ਚੱਕ ਪ੍ਰੈਂਕ ਨੂੰ ਝੂਠ ਬੋਲਦਾ ਹੂੰ, ਕਦੇ ਜ਼ਿੰਦਗੀ ਚ ਐਂ ਦੱਸਦੇ ਵੀ ਕਦੇ ਜ਼ਿੰਦਗੀ ਦੇ ਵਿੱਚ ਤੁਹਾਡੇ ਤੋਂ ਕਦੇ ਪੈਸੇ ਦੀ ਕੁੰਡੀ ਲਾਈ ਹੋਵੇ ਜਾਂ ਕਦੇ ਊ ਝੂਠ ਬੋਲਦਾ ਹੋਵੇ, ਕਦੇ ਲਾਈ ਯਾਰ 1 ਰੁਪਏ ਦੀ ਕੁੰਡੀ, ਚਲੋ ਡੈਡੀ ਵੇਲੇ ਵੀ ਦੱਸਦੇ, ਉਹ ਤਾਂ ਨਹੀਂ ਝੂਠ ਬੋਲਦਾ, ਗੱਲ ਨਾ ਕਰ ਨਾ ਤੂੰ ਇੱਕ ਗੱਲ ਦੱਸ, ਅੱਗ ਕਾਤੇ ਕਹਿੰਦਾ ਆਪਣਾ ਲੱਗ ਗਈ ਮੱਗ, ਪਤਾ ਤੂੰ ਬੁੱਝਦੀ ਮਿਲਦੀ ਤੇ ਲੱਗ ਜਵੇ ਇਹਨੂੰ ਟੱਟ, ਤੂੰ ਇੱਕ ਗੱਲ ਤਾਂ ਦੱਸ ਹੂੰ ਵੀ ਜਾਂ ਡੈਡੀ ਜਿਉਂਦਾ ਤੀ, ਹਾਂ ਡੈਡੀ ਵੇਲੇ ਜਾਂ ਤੇਰੇ ਨਾਲ ਕਦੇ 1 ਰੁਪਏ ਦੀ ਕੁੰਡੀ ਲਾਈ ਆ,
ਇੱਕ ਰੁਪਈਏ ਦੀ ਜਾਂ ਕਦੇ ਊਂ ਝੂਠ ਬੋਲਿਆ ਹੋਵੇ ਵੀ ਮੰਮੀ ਐ ਅੱਜ ਤੱਕ ਸੱਚੇ ਬੋਲਿਆ ਸੱਚੇ ਬੰਦੇ ਦੀ ਉਹ ਹੁੰਦੀ ਆ ਇਸ ਦੁਨੀਆਂ ਦੇ ਵਿੱਚ ਸੱਚੇ ਬੰਦੇ ਦੀ ਉਹ ਕਦਰ ਨੀ ਝੂਠੇ ਬੰਦੇ ਦੀ ਕਦਰ ਚਲੋ ਠੀਕ ਆ ਓਕੇ ਬਾਅਦ ਮਿਲਦੇ ਆ ਮੈਂ ਤੇ ਇੱਕ ਜਗਾੜ ਜਿਹਾ ਲਵਾ ਕੇ ਲੈ ਕੇ ਆਉਣਾ ਠੀਕ ਆ ਤੁਹਾਨੂੰ ਆ ਕੇ ਦਿਖਾਉਣਾ ਓਕੇ ਆਹ ਤਾਂ ਖੋਲ ਲਿਆ ਇੱਧਰਲਾ ਇੱਧਰਲਾ ਰਹਿੰਦਾ ਉਹ ਆ ਕੇ ਦਿਖਾਊਂਗਾ ਵੀ ਕੀ ਕਰਨਾ ਆਪਾਂ ਨੇ ਜਿਹੜੇ ਜਾਲੀਆਂ ਦਾ ਜਗਾੜ ਲਾਉਣਾ ਤੀ ਉਹ ਤੁਹਾਨੂੰ ਦਿਖਾਉਣਾ ਤੇ ਆਪਾਂ ਨੇ ਟੇਪ ਨਹੀਂ ਖਰਾਬ ਕੀਤੀ ਆਪਾਂ ਕਿਤੇ ਹੋਰ ਤਰੀਕੇ ਨਾਲ ਬਣਾਇਆ ਉਹ ਵੀ ਫਿਰ ਕਦੇ ਦੱਸਾਂਗੇ ਵੀ ਕਿਵੇਂ ਬਣਾਇਆ ਅਤੇ ਬਾਕੀ ਗੱਲ ਐਵੇਂ ਆ ਵੀ ਪਹਿਲਾਂ ਟਰੈਕਟਰ ਧੋਨੇ ਆ ਫਿਰ ਉਦੋਂ ਬਾਅਦ ਇਹ ਕਸਾਂਗੇ ਤੁਹਾਨੂੰ ਦਿਖਾ ਦਿੰਦਾ ਦੇਖੋ ਘੈਂਟ ਲੱਗਦੀਆਂ ਨੇ ਠੀਕ ਆ ਅਤੇ ਇਹ ਹੁਣ ਬਾਅਦ 'ਚ ਕਸਾਂਗੇ ਪਹਿਲਾਂ ਟਰੈਕਟਰ ਟੂਟਰ ਧੋ ਲਈ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਵੀ ਹੋਰ ਤਾਂ ਆਪਾਂ ਨੇ ਸਾਰਾ ਕੁਛ ਸਾਂਭਿਆ ਟਰਾਲੀ ਦੀ ਹੁੱਕ ਤਾਂ ਪਾਈ ਸੀ ਲੋਡ ਸੀਗੀ ਆਹ ਵੀ ਆਪਾਂ ਉਰੇ ਰੱਖ ਕੇ ਆਏ ਉਹ ਕਰ ਲੈਂਦੇ ਇਹਨੂੰ ਵੀ ਅੰਦਰ ਹੀ ਰੱਖ ਦਿੰਦੇ ਹੁੰਦੇ ਪਹਿਲਾਂ ਉਰੇ ਰੱਖਿਆ ਹੋਇਆ ਸੀ ਮੈਂ ਤੁਹਾਨੂੰ ਦੱਸਦਾ ਗੱਲ ਇਹ ਉਰੇ ਹੈ ਨਾ ਮਾਂ ਯਾਰ ਕੀ ਪਤਾ ਸਾਲੇ ਚੋਰ ਇੱਥੋਂ ਹੁਣ ਜਿਵੇਂ ਵੀਡੀਓ ਵੜੀਓ ਦੇਖ ਕੇ ਆ ਜਾਣ ਵੀ ਇੱਥੋਂ ਦੀ ਬਾਹਰ ਦੀ ਚੱਕ ਕੇ ਇਹਦਾ ਕੰਮ ਕਰ ਦੇਣਾ ਕਹਿੰਦੇ ਅਸੀਂ ਨੁਕਸਾਨ ਤਾਂ ਨੁਕਸਾਨ ਹੈ ਵੀਰੇ ਚਾਹੇ ਛੋਟਾ ਚਾਹੇ ਵੱਡਾ ਊਂ ਤਾਂ ਕੈਮਰੇ ਲੱਗੇ ਹੋਏ ਨੇ ਪਰ ਗੱਲ ਇਹ ਆ ਵੀ ਕੈਮਰਿਆਂ ਦੇ ਵਿੱਚ ਆਪਾਂ ਉਹੀ ਬੰਦਾ ਪਛਾਣ ਸਕਦੇ ਹਾਂ ਯਾਰ ਉਹੀ ਬੰਦਾ ਪਛਾਣਿਆ ਜਾਊਗਾ ਵੀ ਮੰਨ ਲਓ ਜਿਹਦੇ ਜਿਹਨੂੰ ਆਪਾਂ ਜਾਣ ਜੂਣਦੇ ਹਾਂ ਹੈ ਨਾ ਜਿਹਨੂੰ ਆਪਾਂ ਹੁਣ ਜਾਣਦੀ ਨਹੀਂ ਰੁਮਾਲ ਮੂੰਹ 'ਤੇ ਬੰਨ ਕੇ ਹੈਗਾ ਉਹ ਜਦ ਲਏ ਗਿਆ ਉਹ ਚੱਕਰ ਤੂੰ ਲਵਾਇਆ ਸੀ ਮੰਮੀ ਤੋਂ ਵਾਲਾਂ 'ਚ ਠੰਡਾ ਉਹਨਾਂ ਵਰਤਦਾ ਤੇਲ ਬਾਅਦ 'ਚ ਆਪਾਂ ਨਹਾ ਲਾਂਗੇ ਪਹਿਲਾਂ ਟਰੈਕਟਰ ਧੋ ਲਈਏ ਅਤੇ ਮੰਮੀ ਨੇ ਮੈਨੂੰ ਲੱਗਦਾ ਚਾਹ ਬਣਾਤੀ ਮੰਮੀ ਚਾਹ ਬਣਾਤੀ ਦੇਖੋ ਕਿੰਨਾ ਖਿਆਲ ਰੱਖਦੇ ਨੇ ਮੇਰਾ ਅਤੇ ਚਲੋ ਠੀਕ ਆ ਮਿਲਦੇ ਹਾਂ ਅੱਗੇ ਅਤੇ ਲਓ ਬਾਬਿਓ ਦੱਸੋ ਫਿਰ ਕਿਵੇਂ ਲੱਗਦਾ ਕੈਂਟ ਲੱਗਦੇ ਨੇ ਦੋਵੇਂ ਠੀਕ ਹੈ ਓਕੇ ਗੱਲਬਾਤ ਕਰਤੀ ਹੈ ਨਾ ਜੇ ਘੈਂਟ ਲੱਗਦੇ ਨੇ ਤਾਂ ਆਪਣੀ ਵੀਡੀਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਅਤੇ ਇੱਕ ਸਬਸਕ੍ਰਾਈਬ ਕਰ ਲਿਓ ਠੀਕ ਆ ਅਤੇ ਮਿਲਦੇ ਹਾਂ ਸ਼ਾਮ ਨੂੰ ਤੁਹਾਨੂੰ ਅੱਜ ਟਰੈਕਟਰ ਵੀ ਧੋਤਾ ਅਤੇ ਦੇਖਿਓ ਵਧੀਆ ਲੱਗਦੀ ਹੈ ਕੁਆਲਿਟੀ ਮਗਰ ਸਪਿਨਰ ਹੁਣ ਆਪਾਂ ਹਜੇ ਨਹੀਂ ਬਣਾਉਂਦੇ ਹੁਣ ਕਣਕ ਕਣਕ ਵੱਢ ਕੇ ਇਹ ਬਣਾਵਾਂਗੇ ਦੇਖਾਂਗੇ ਆ ਜਿਹੜੇ ਛੋਟੀਆਂ ਜਾਲੀਆਂ ਨੇ ਇਹਨਾਂ 'ਤੇ ਵੀ ਕੁਛ ਬਣਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਨਹੀਂ ਅਤੇ ਬਾਕੀ ਇੱਕ ਆਹ ਛੋਟਾ ਜਿਹਾ ਬਾਈ ਦੀਪ ਲਾਇਆ ਹੋਇਆ ਦੀਪ ਸਿੱਧੂ ਉਹ ਦੇਖੋ ਵਿਚਾਲੇ ਸਪੀਕਰਾਂ ਦੇ ਅਤੇ ਚਲੋ ਠੀਕ ਆ ਓਕੇ ਮਿਲਦੇ ਹਾਂ ਅੱਗੇ ਲਓ ਬਾਬੇ ਮਸ਼ੀਨ ਆ ਗਈ ਕਾਲੇ ਉਹਨਾਂ ਦੇ ਅਤੇ ਇਹਦੀ ਥੋੜ੍ਹੀ ਜਿਹੀ ਸਟਾਰਟਿੰਗ ਔਖੀ ਆ ਤਾਂ ਬੈਟਰੀ ਬੁਟਰੀ ਜੀ ਖੋਲ੍ਹੀ ਬੈਠੇ ਨੇ ਇਹਦੀ ਸਟਾਰਟਿੰਗ ਦਾ ਉਹਦੀ ਪਰਲੇ ਦੀ ਟਾਪਾ ਜਾ ਮੈਂ ਖੋਲ੍ਹੀ ਬੈਠਾ ਚੱਲ ਦੇਖਦੇ ਇਹਦੀ ਵੀ ਸੈਲਫ ਮਾਰ ਕੇ ਗੇਅਰ ਚ ਅੱਧੀ ਕਿੱਕ 'ਤੇ ਸਟਾਰਟ ਮੇਰਾ ਜਾਮਾ ਵੀ ਹੋਰ ਦੱਸ ਕੀ ਭਾਲਦੀ ਟਰਾਲੀਆਂ ਲੈ ਕੇ ਜਾਣੀਆਂ ਨੇ ਹੁਣ ਅਤੇ ਮਸ਼ੀਨ ਆ ਚੁੱਕੀ ਆ ਅਤੇ ਬਾਕੀ ਉੱਥੇ ਚੱਲ ਕੇ ਦਿਖਾਉਂਦੇ ਹਾਂ ਮੋਟਰ 'ਤੇ ਠੀਕ ਆ ਉਹ ਖੜੀਆਂ ਨੇ ਤਿੰਨੇ ਦੋ ਪਾ ਕੇ ਲੈ ਕੇ ਜਾਣੀਆਂ ਨੇ 855 ਮਗਰ 14 ਫੁੱਟ ਇੰਨਾ ਇਹਦੇ ਮਗਰ 11 ਫੁੱਟ ਇਹ ਲਓ ਹਾਂ ਇਹਦੀ ਵੀ ਸਟਾਰਟਿੰਗ ਦੇਖ ਦਿਓ ਧੋਤੇ ਦੀ ਅੱਜ ਹੁਣ ਕਹਿੰਦਾ ਹੁਣ ਤਾਂ ਵਾ ਤੂੜੀ ਤਾੜੀ ਕਰਕੇ ਉਤੋਂ ਬਾਅਦ ਧੋਤੇ ਜਾਣਗੇ ਅੱਬਲਾ ਤਾਂ ਕੱਦੂ ਕੁੱਦੂ ਕਰਕੇ ਨਾ ਤੂੜੀ ਕਰਕੇ ਧੋਣਾ ਪਊਗਾ ਉਹ ਕਹਿੰਦੇ ਉਰੇ ਜਾਲੀ 'ਚ ਫਸ ਫੁੱਟ ਜਾਂਦੀ ਹੈ ਨਾ ਅਤੇ ਬਾਕੀ ਮਿਲਦੇ ਹਾਂ ਉੱਥੋਂ ਹੋਰ ਦੱਸਦਾ ਵੀ ਜਿਹੜੀ 855 ਨਿਊਟਰਲ 'ਚ ਸਟਾਰਟ ਹੁੰਦਾ ਹੁੰਦਾ ਉਹ ਤਾਰਾਂ ਜਿਹੜੀਆਂ ਹੁੰਦੀਆਂ ਨੇ ਉਹ ਉਰੇ ਹੁੰਦੀਆਂ ਨੇ ਦੇਖੋ ਆਹ ਪਲੱਗ ਜਿਹਾ ਨਹੀਂ ਹੈਗਾ ਦੋ ਆਦੇ ਲੱਗੇ ਹੋਏ ਹੈ ਨਾ ਇਹਦੇ ਵਿੱਚ ਪੈਂਦੀਆਂ ਹੁੰਦੀਆਂ ਨੇ ਇਹਦੀਆਂ 855 ਦੀਆਂ ਉਹ ਰਹਿੰਦੀਆਂ ਨੇ ਆਪਣੇ ਵਾਲੇ ਜੀ ਉਰੇ ਗੇਅਰ ਕੋਲ ਆ ਉਹ ਪਈਆਂ ਨੇ ਤਾਰਾਂ ਇਹਨੇ ਲਾਹਤੀਆਂ ਵੀ ਨਿਊਟਰਲ 'ਚ ਹੁੰਦਾ ਤਾਂ ਥੋੜ੍ਹਾ ਜਿਹਾ ਔਖਾ ਹੀ ਆ ਵੀ ਕਈ ਵਾਰ ਰੋਡ ਰੂਡ 'ਚ ਔਖਾ ਹੋ ਜਾਂਦਾ ਫਿਰ ਗੇਅਰ 'ਚ ਖੜਾਉਣਾ ਪੈਂਦਾ ਜਾਂ ਕਈ ਵਾਰ ਉਹ ਚੱਕਰ ਹੋਰ ਤਾਂ ਕੋਈ ਚੱਕਰ ਨਹੀਂ ਅਤੇ ਬਾਕੀ ਕਾਲਾ ਸੰਭਾਲ ਬਹੁਤ ਰੱਖਦਾ ਟਰੈਕਟਰ ਦੀ ਬਾਹਲੀ ਸੰਭਾਲ 2000 ਇਹ ਕਾਲੇ 2000 ਕਿੰਨੇ ਮਾਡਲ ਆ ਇਹ 14 2000 ਐਂਡਲਾ ਐਂਡ 'ਚ ਦਸੰਬਰ ਮਹੀਨੇ ਦਾ ਹੈ ਨਾ ਪਹਿਲੇ ਦਾ 14 ਦੇ ਅੱਛਾ ਅੱਛਾ ਊਂ ਤਾਂ 2013 ਦੇ ਐਂਡ 'ਚ ਲਿਆਂਦਾ ਸੀ ਕਾਪੀ 'ਤੇ 14 ਵੀ ਇੰਨੀ ਸੰਭਾਲ ਟਰੈਕਟਰ ਉਹੋ ਜਿਹੀ ਪਿਆ ਕਿ ਧੋਰਾਂ ਗੱਡਾ ਬਾਹਲਾ ਨਹੀਂ ਲਿਆ ਬਹੁਤ ਨਾਲੇ ਕੰਮ ਇੰਨਾ ਲੈਂਦੇ ਨੇ ਵਧੀਆ ਖੇਤੀ ਇਹਨਾਂ ਕੋਲ ਆਪਦੀ ਅਤੇ ਬਾਕੀ ਵਧੀਆ ਯਾਰ 855 ਟਰੈਕਟਰ ਸਿਰਾ ਗੱਲਬਾਤ ਹੈ ਅਤੇ ਚਲੋ ਠੀਕ ਆ ਮਿਲਦੇ ਹਾਂ ਅੱਗੇ ਉੱਥੇ ਮਿਲਦੇ ਹਾਂ ਮੋਟਰ 'ਤੇ ਹੁਣ ਸਿੱਧਾ ਚੱਲ ਕੇ ਮਸ਼ੀਨ ਆ ਮੋਟਰ 'ਤੇ ਪਹੁੰਚ ਚੁੱਕੇ ਹਾਂ ਆਲੀ 'ਤੇ ਉਰੇ ਵੱਢਦੇ ਨੇ ਅੱਜ ਅਤੇ ਆਹ ਲੈ ਟਰੈਕਟਰ ਲਿਆ ਜੀ ਅਤੇ ਦੋ ਗੇੜੇ ਦੇ ਦਿਓ ਓਏ ਹੈਂ ਹਿਸਾਬ ਨਾਲ ਤਾਂ 3 ਦਿਨ ਨਿਕਲੂ ਵਧੀਆ ਇਹ ਤਾਂ ਨਾ
ਚੱਲ ਵਧੀਆ ਬਣ ਗਈ ਤੂੜੀ ਬਣਾਤੀ ਇਹਨੇ ਤੂੜੀ ਬਾਕੀ ਪੈਂਦਾ ਤੁਹਾਨੂੰ ਦਿਖਾਉਣਾ ਲਓ ਬਾਬੇ झाड़ झूड़ तो ऐसा वैसे ही है तो वो करके हो जाता यार पता की गल हूँ जो जे ने अपने हम जट ने यार ये सिरती ने वो चक्कर आ भी ये हूँ जट का कोई कसूर नहीं उन्हें तो फुल आपके फसल तो जोर लाया भी मेरी निकले उत्तों मौसम ने दाते ने करता मौसम यह जहाँ भी धुप एको लखत पैगी कणक झाड़ पर असर पै गया तो चलो बाकी ਵਾਧੇ ਘੱਟੇ ਚੱਲਦੇ ਰਹਿੰਦੇ ਨੇ ਜ਼ਿੰਦਗੀ ਵਿੱਚ ਖੁਸ਼ ਰਿਹਾ ਕਰੋ ਬਾਈ ਸਾਰੀ ਕਿਉਂਕਿ ਗਲਤ ਕਦਮ ਨਾ ਕਦੇ ਵੀ ਚੱਕੋ ਕਿਉਂਕਿ ਜ਼ਿੰਦਗੀ ਵਾਰ ਵਾਰ ਨਹੀਂ ਯਾਰ ਮਿਲਦੀ ਇੱਕ ਵਾਰੇ ਮਿਲਦੀ ਆ ਅਤੇ ਇਹਦਾ ਹੁਣ ਆਇਆਂ ਜੇ ਹੁਣ ਆਪਾਂ ਨੂੰ ਪੈ ਗਿਆ ਉਹਦਾ ਹੁਣ ਆਪਾਂ ਕਰ ਵੀ ਨਹੀਂ ਵੀਰੇ ਕੁਛ ਸਕਦੇ ਹੈਗਾ ਨਾ ਅਤੇ ਚਲੋ ਬਾਕੀ ਸਾਰਿਆਂ ਨੂੰ ਲਵ ਯੂ ਆ ਇੰਨਾ ਸਾਰਾ ਪਿਆਰ ਆ ਤੁਹਾਨੂੰ ਸਾਰਿਆਂ ਨੂੰ ਠੀਕ ਆ ਅਤੇ ਬਾਈ ਇੱਕ ਮੈਨੂੰ ਕਮੈਂਟ ਕਰਕੇ ਕਹਿੰਦਾ ਕਹਿੰਦਾ ਬਾਈ ਡੋਡੇ ਖਾਣਾ ਡੋਡੇ ਬਾਈ ਲਿਆ ਦਿਓ ਖਾ ਲਿਆ ਕਰਾਂਗੇ ਇੰਨੇ ਯੋਗੇ ਹੈ ਨਹੀਂ ਅਜੇ ਆਪਾਂ ਵੀ ਡੋਡੇ ਖਾਣ ਲੱਗ ਜਾਈਏ ਅਤੇ ਚਲੋ ਠੀਕ ਆ ਲਵ ਯੂ ਸਾਰਿਆਂ ਨੂੰ ਅਤੇ ਮਿਲਦੇ ਹਾਂ ਕੱਲ੍ਹ ਨੂੰ ਅਗਲੇ ਵਲੋਗ ਦੇ ਵਿੱਚ ਜੇ ਛੋਟਾ ਬਣਿਆ ਤਾਂ ਵੀ ਨਹੀਂ ਆਪਾਂ ਨੇ ਕਿਤੇ ਜਾ ਕੇ ਆਉਣਾ ਉਹ ਸਭ ਉਹ ਸਰਪ੍ਰਾਈਜ਼ ਆ ਤੁਹਾਨੂੰ ਦੋ ਚਾਰ ਦਿਨਾਂ 'ਚ ਇੱਕ ਥਾਵੇਂ ਜਾ ਕੇ ਆਉਣਾ ਬਾਕੀ ਆਪਣਾ ਬਣਾ ਹੀ ਰੱਖਿਓ ਆਪਣੇ ਨਾਲ ਜਗੜਮਿੰਟ ਅਤੇ ਚਲੋ ਠੀਕ ਆ ਰੀਲਾਂ ਰੂਲਾਂ ਅਸੀਂ ਬਣਾ ਲਈਆਂ ਅਤੇ ਐਨ ਓਕਿਆ ਹਰਾ ਵੜਦਾ ਉੱਧਰੋਂ ਧਰਮਾ ਆ ਜਾਂਦਾ ਉਹ ਮੈਨੂੰ ਚੁੱਕਾ ਦੂਗਾ ਦਲਵੀਰ ਵੀਡੀਓ ਬਣਾ ਰਹੀ ਆ ਧਰਮਾ ਆਉਂਦਾ ਉਹ ਆਉਂਦਾ ਧੂੜਾ ਅੜਾਈ ਆਉਂਦਾ ਦਿਖਾਈ ਮਾੜਾ ਜਿਹਾ ਦੋ ਮਿੰਟ ਆ ਜਾਂਦਾ ਉਹ ਆਉਂਦਾ ਖੜ੍ਹ ਜਾ ਹਜੇ ਇੱਥੇ ਘਾਊਗਾ ਮਾੜਾ ਜਿਹਾ ਦਿਖਦਾ ਨਹੀਂ ਟਰੈਕਟਰ ਉਹਲੇ ਆ ਧੂੜ ਦੇਖੋ ਤੁਸੀਂ ਅਤੇ ਬਾਕੀ ਚਲੋ ਠੀਕ ਆ ਮਿਲਦੇ ਹਾਂ ਕਿ ਇੱਕ ਹੋਰ ਸਰਪ੍ਰਾਈਜ਼ ਆਪਾਂ ਨੇ ਇੱਕ ਚੀਜ਼ ਤਿਆਰ ਕਰਨੀ ਮਾੜਾ ਦਲਵੀਰ ਪਾਸੇ ਹੋ ਜਾ ਦਾਤ ਲੱਗੂ ਯਾਰ ਆ ਗਿਆ ਬਈ ਅਤੇ ਚਲੋ ਠੀਕ ਆ ਮਿਲਦੇ ਹਾਂ ਬਸ ਓਕੇ